ਆਮ ਆਦਮੀ ਪਾਰਟੀ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਆਪ ਨੇ ਅੰਮ੍ਰਿਤਸਰ 'ਚ ਦੂਜੀ ਸੂਚੀ 'ਚ 14 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਆਪ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਅਟਾਰੀ ਤੋਂ ਜਸਵਿੰਦਰ ਸਿੰਘ, ਲੁਧਿਆਣਾ ਪੂਰਬੀ ਤੋਂ ਦਲਜੀਤ ਸਿੰਘ ਗਰੇਵਾਲ, ਸਮਰਾਲਾ ਤੋਂ ਸਰਬੰਸ ਸਿੰਘ ਮਨਕੀ, ਅਮਲੋਹ ਤੋਂ ਗੁਰਪ੍ਰੀਤ ਸਿੰਘ ਪੱਟੀ, ਦਿੜਬਾ ਤੋਂ ਹਰਪਾਲ ਸਿੰਘ ਚੀਮਾ, ਸੁਨਾਮ ਤੋਂ ਅਮਨ ਅਰੋੜਾ, ਪਟਿਆਲਾ ਤੋਂ ਕਰਨਵੀਰ ਸਿੰਘ ਚਿਵਾਨਾ, ਘਨੌਰ ਤੋਂ ਅਨੂ ਰੰਧਾਵਾ, ਨਾਭਾ ਤੋਂ ਦੇਵਮਾਨ, ਮਲੋਟ ਤੋਂ ਬਲਦੇਵ ਸਿੰਘ ਆਜ਼ਾਦ, ਸ਼ਾਮ ਚੁਰਾਸੀ ਤੋਂ ਡਾਕਟਰ ਰਵਜੋਤ ਸਿੰਘ, ਤਲਵੰਡੀ ਸਾਬੋ ਤੋਂ ਪ੍ਰੋਫੈਸਰ ਬਲਜਿੰਦਰ ਕੌਰ ਅਤੇ ਜੈਤੋ ਤੋਂ ਮਾਸਟਰ ਬਲਦੇਵ ਸਿੰਘ ਨੂੰ ਉਮੀਦਵਾਰ ਬਣਾਇਆ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਆਪ ਵੱਲੋਂ ਜਾਰੀ ਕੀਤੀ ਗਈ ਅੱਜ ਦੂਸਰੀ ਸੂਚੀ ਵਿੱਚ ਔਰਤਾਂ ਦੀ ਚੜ੍ਹਾਈ ਰਹੀ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਆਪਣੀ ਪਹਿਲੀ ਸੂਚੀ ਵਿੱਚ 19 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਸੀ। ਜੋ ਪ੍ਰੈਸ ਵਾਰਤਾ ਹੈ, ਇਸ ਪ੍ਰੈਸ ਵਾਰਤਾ ਕਾ ਮਹੱਤਵ ਇਸ ਕਾਰਨ ਸੇ ਹੈ ਕਿ ਆਮ ਆਦਮੀ ਪਾਰਟੀ ਨੇ ਕਹਾ ਥਾ ਕਿ ਹਮ ਆਪਣੇ ਸਾਰੇ ਕੈਂਡੀਡੇਟਸ ਸਬਸੇ ਪਹਿਲੇ ਪੰਜਾਬ ਚੁਣਾਵ ਕੇ ਮੈਦਾਨ ਮੇ ਉਤਾਰੇਂਗੇ, ਔਰ ਯੇ ਇਸ ਲਈ ਕਹਾ ਥਾ ਕਿ ਆਮ ਆਦਮੀ ਪਾਰਟੀ ਕੇ ਪਾਸ ਪੈਸੇ ਨਹੀਂ ਹੈ, ਸੰਸਾਧਨ ਨਹੀਂ ਹੈ, ਤੋ ਹਮਾਰੇ ਪਾਸ ਏਕ ਹੀ ਜ਼ਰੀਆ ਹੈ ਡੋਰ ਟੂ ਡੋਰ ਕੈਂਪੇਨਿੰਗ ਕਾ, ਘਰ ਘਰ ਮੇ ਜਾ ਕੇ ਵੋਟ ਮੰਗਨੇ ਕਾ, ਲੋਗੋ ਕੋ ਆਪਣੀ ਬਾਤੇ ਸਮਝਾਨੇ ਕਾ, ਔਰ ਬਾਦਲ ਸਰਕਾਰ ਕਾ ਜੋ 9.5 ਸਾਲੋ ਮੇ ਅਬ ਤੱਕ ਕਾ ਜੋ ਭ੍ਰਸ਼ਟਾਚਾਰ ਰਹਾ ਹੈ ਇਸਕੋ ਜਨਤਾ ਕੇ ਬੀਚ ਮੇ ਲੈ ਜਾਣੇ ਕਾ, ਯੇ ਹਮਾਰਾ ਤਰੀਕਾ ਪੂਰੇ ਚੁਣਾਵ ਅਭਿਯਾਨ ਕਾ ਹੋਗਾ। ਇਸਕੇ ਕਾਰਨ ਸੇ ਆਜ ਆਮ ਆਦਮੀ ਪਾਰਟੀ ਦੂਸਰੀ ਆਪਣੀ ਕੈਂਡੀਡੇਟਸ ਕੀ ਲਿਸਟ ਜਾਰੀ ਕਰ ਰਹੀ ਹੈ। ਪਹਿਲੇ ਲਿਸਟ ਮੇ 19 ਲੋਗੋ ਕਾ ਨਾਮ ਥਾ, ਦੂਸਰੀ ਲਿਸਟ ਅੱਜ ਜੋ ਜਾਰੀ ਹੋ ਰਹੀ ਹੈ ਇਸਮੇ 13 ਕੈਂਡੀਡੇਟਸ ਕਾ ਨਾਮ ਹੈ, ਔਰ ਇਨ 13 ਕੈਂਡੀਡੇਟ ਹੈ ਪੰਜਾਬ ਕੀ ਰਾਜਨੀਤੀ ਮੇ ਬਦਲਾਵ ਚਾਹਤੇ ਹੈ, ਪੰਜਾਬ ਕੀ ਪਰਿਸਥਿਤੀਓ। ਬਿਊਰੋ ਰਿਪੋਰਟ, ਪੰਜਾਬ ਟੁਡੇ।